ਹਰਪ੍ਰੀਤ ਸਿੰਘ ਚੰਨੂ ਦੀ ਕਹਾਣੀ ਨਾ ਤੇਰੇ ਵੱਸ ਨਾ ਮੇਰੇ ਵੱਸ ਪਿੰਡ ਦੇ ਚੜਦੇ ਵਾਲੇ ਪਾਸੇ ਸਾਡਾ ਇੱਕ ਬਰਾਨੀ ਖੇਤ ਸੀ ੱਟਬੀ ਵਾਲੀ ਰੇਤਲੀ ਧਰਤੀ ਜਦੋਂ ਕਿਸੇ ਸਾਲ ਚੰਗੀਆਂ ਬਰਸਾਤਾਂ ਹੋਣੀਆਂ ਤੇ ਚੜਦੇ ਅਸੂ ਇੱਕ ਅੱਧ ਤਖੜਾ ਬੱਦਲ ਵਰ ਜਾਣਾ ਫਿਰ ਉਸ ਖੇਤ ਸਮਾਂ ਲੱਗਦਾ ਛੋਲਿਆਂ ਦੇ ਧਰ ਵੱਜ ਜਾਣੇ ਉਹਨਾਂ ਚ ਲਾਈਆਂ ਸਰੋਹ ਦੀਆਂ ਆਡਾਂ ਚੋਂ ਇੰਨੀ ਕ ਸਰੋਂ ਹੋ ਜਾਣੀ ਕਿਸ ਸਾਲ ਭਰਦਾ ਤੇਲ ਵੀ ਨਿਕਲ ਆਉਣਾ ਸਾਡਾ ਉਹ ਖੇਤ ਹੁਣ ਕਾਫੀ ਚਿਰ ਤੋਂ ਰਾਜੇ ਸਿੱਖਾਂ ਕੋਲ ਹਿੱਸੇ ਉੱਤੇ ਹੁੰਦਾ ਹੈ ਨੌਕਰੀ ਤੋਂ ਰਿਟਾਇਰ ਹੋਣ ਪਿਛੋਂ ਅਕਸਰ ਹੁਣ ਮੈਂ ਪਿੰਡ ਜਾਂਦਾ ਰਹਿਣਾ ਗਰਮੀ 'ਚ ਸ਼ਹਿਰ ਦੀਆਂ ਸਹੂਲਤਾਂ ਕਰਕੇ ਘਟ ਪਰ ਸਿਆਲ ਦੇ ਕਾਫੀ ਦਿਨ ਪਿੰਡ 'ਚ ਬਚਪਨ ਦੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰਦੇ ਆ ਲੰਘ ਜਾਂਦੇ ਐ ਇੱਕ ਦਿਨ ਸਾਡਾ ਹਿੱਸੇਦਾਰ ਰਾਜੇ ਸਿੱਖਾਂ ਦਾ ਮੁੰਡਾ ਮੈਨੂੰ ਉਸ ਖੇਤ ਲੈ ਗਿਆ ਚੱਲ ਬਾਈ ਜੀ ਕਦੇ ਉਸ ਪਾਸੇ ਵੀ ਗੇੜਾ ਮਾਰ ਜਾਇਦਾਤ ਐ ਤੁਹਾਡੀ ਤਿੱਬੀ ਵਾਲੇ ਖੇਤ ਐਤਕੀ ਉਹਨੇ ਤਾਰਾ ਮੀਰਾ ਬੀਜਿਆ ਸੀ ਚਿੱਟੇ ਪੀਲੇ ਫੁੱਲਾਂ ਨਾਲ ਭਰੇ ਥੱਬੇ ਥੱਬੇ ਦੇ ਬੂਟੇ ਮੈਨੂੰ ਚਾਰ ਨਾਲ ਵਿਖਾਉਂਦਾ ਰਿਹਾ ਛੋਟੀ ਜੀ 베ਰੀ ਤੇ ਦੋ ਕਿੱਕਰਾਂ ਹੁਣ ਵੱਡੇ ਰੋਖਾਂ ਦਾ ਰੂਪ ਲਈ ਖੜੀਆਂ ਸੀ ਜਿੱਥੇ ਕਿਤੇ ਨੇਰੀਆਂ ਨਾਲ ਉੱਡ ਕੇ ਕੱਕੇ ਰੇਤੇ ਦੀ ਬੂਈਆਂ ਨਾਲ ਲਾ ਕੇ ਧੋੜੀ ਜੀ ਬਣ ਗਈ ਸੀ ਉਸ ਉੱਤੇ ਕੌੜ ਤੁਮਿਆਂ ਦੀਆਂ ਵੇਲਾਂ ਵਿਛੀਆਂ ਸਨ ਉਹਨਾਂ ਨੂੰ ਲੱਗੇ ਹੋਏ ਹਰੇ ਰੰਗ ਦੇ ਕੱਚੇ ਤੇ ਕੁਝ ਪੱਕੇ ਪੀਲੇ ਰੰਗ ਦੇ ਤੁਮੇ ਫੱਗਣ ਦੀ ਧੁੱਪ ਚ ਲਿਸ਼ਕ ਰਹੇ ਸਨ ਇਹ ਸਾਰਾ ਕੁਝ ਵੇਖ ਕੇ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਸੀ ਅੱਜ ਤਾ ਤੂੰ ਛੋਟੇ ਭਾਈ ਮੇਰੀ ਰੂਹ ਖੁਸ਼ ਕਰਦੀ ਐਵੇਂ ਮੈਂ ਤਾਂ ਇੱਧਰ ਆਉਣ ਤੋਂ ਨਾ ਕਰੀ ਜਾਂਦਾ ਸੀ ਉੱਚੀ ਟੀਬੀ ਤੋਂ ਖਲੋ ਕੇ ਚਫੇਰੇ ਫੈਲ ਲਈ ਹਰੀ ਕਚੂਰ ਕਣਕ ਦੇ ਖੇਤ ਦੂਰ ਤੱਕ ਵੇਂਦਿਆ ਮੈਂ ਕਿਆ ਹੁਣ ਬਾਈ ਜੀ ਸਮਾਂ ਘੱਟ ਲੱਗਦਾ ਕਿਸੇ ਕਿਸੇ ਸਾਲ ਹੀ ਫਸਲ ਹੁੰਦੀ ਐ ਤੇ ਵਿਹਲਾ ਪਿਆ ਵਾਣ ਫੇਰ ਬੂਹਿਆਂ ਤੇ ਸੂਰ ਸੱਪੇ ਨਾਲ ਖਰਾਬ ਹੀ ਹੁੰਦਾ ਮੈਂ ਤਾਂ ਤੁਹਾਨੂੰ ਐਂ ਰਹਿ ਦੇਣਾ ਵੀ ਜੇ ਕਿਤੇ ਇੱਕ ਬੂਰ ਲਗਾ ਦਿਓ ਤਾਂ ਬਾਣ ਵੀ ਸੰਭਿਆ ਰਹੇ ਤੇ ਆਮਦਨ ਵੀ ਚੰਗੀ ਹੋਵੇ ਟਿਊਬਵਲ ਤਾਂ ਤੈਨੂੰ ਲਗਵਾ ਦਿੰਨੇ ਆ ਪਰ ਬੋਰ ਦੇ ਪਾਣੀ ਨਾਲ ਤਾਂ ਸਿਰਫ ਕਣ ਕੀ ਹੋ ਆਤਾਰੇ ਮੇਰੇ ਸਰੋਂ ਛੋਲਿਆਂ ਦੇ ਨਜ਼ਾਰੇ ਤਾਂ ਫੇਰ ਨਹੀਂ ਆਉਣੇ ਨਾ ਸੌਣੀ ਚ ਮੂੰਗੀ ਗੁਆਰਾ ਹੋਵੇ ਵੇਖ ਲੈ ਬਾਈ ਜੀਜ਼ਾਰ ਢੋਈ ਮਾਰ ਤਾਰੇ ਮੇਰੇ ਦੇ ਨਜ਼ਾਰਿਆਂ ਦੀ ਬਥੇਰੇ ਵਰੀ ਲੈ ਲੈ ਨਜ਼ਾਰੇ ਹੁਣ ਤਾਂ ਜੇ ਚਾਰ ਪੈਸਿਆਂ ਦੀ ਆਮਦਨ ਵਾਲੀ ਫਸਲ ਹੋਵੇ ਤਾਂ ਹੀ ਕੰਮ ਕਰਨ ਨੂੰ ਜੀ ਕਰਦਾ ਜੇ ਤੁਸੀਂ ਮੇਰੀ ਮਨੋਤੈਦ ਕੀ ਬੋਰ ਲਗਾ ਦਿਓ ਵਾਕਰਾ ਕੇ ਸੱਤੇ ਕਿੱਲੇ ਮੈਂ ਆਪੇ ਸੂਤ ਕਰ ਲਵਾਂ ਦੋ ਚਾਰ ਫਸਲਾਂ 'ਚ ਖਰਚ ਪੂਰੇ ਹੋ ਕੇ ਆਮਦਨ ਵੀ ਹੋਣ ਲੱਗ ਜੂ ਚੰਗਾ ਚੱਲ ਹੁਣ ਚੱਲੀਏ ਲੋਹਾ ਦੇਾਂਗੇ ਤੁਹਾਨੂੰ ਬੋਰ ਤਾਰੇ ਮੇਰੇ ਦੇ ਅਖੀਰੇ ਆਖਰੀ ਨਜ਼ਾਰੇ ਵੇਂਦਿਆਂ ਮੈਂ ਸੋਚ ਰਿਹਾ ਸੀ ਲੇਗਾ ਨੂੰ ਇਹ ਬਸੰਤੀ ਨਜ਼ਾਰਾ ਵੀ ਗਾਇਬ ਸਮਝੋ ਟਿੱਬੀ ਤੋਂ ਮੁੜਦਾ ਹੋਇਆ ਮੈਂ ਪਿੰਡ ਦੇ ਛੜਦੇ ਵਾਲੇ ਪਾਸੇ ਵਸੇ ਹੋਏ ਵੇੜੇ ਵੱਲ ਨੂੰ ਜਾਂਦੇ ਡੰਡੀ ਪੈ ਗਿਆ ਇਧਰ ਬਾਈ ਜੀ ਤੂੰ ਵੇੜੇ 'ਚ ਕੀ ਲੈਣਾ ਜਾ ਕੇ ਆਪਣੇ ਘਰੇ ਚੱਲਦੇ ਆਂ ਚਾਹ ਪਾਣੀ ਪੀ ਕੇ ਜਾਈਂ ਥੱਕ ਗਿਆ ਹੁਣ ਬਸ ਕਦੇ ਫੇਰ ਪੀਾਂਗੇ ਨਿੱਕੇ ਵੀਰ ਅੱਜ ਹੁਣ ਇੱਧਰ ਆਇਆ ਤਾਂ ਮੈਂ ਸਮੁੰਦਰ ਚਾਚੇ ਨੂੰ ਵੀ ਮਿਲਦਾ ਜਾਵਾਂ ਕਈ ਸਾਲ ਹੋ ਗਏ ਟੱਕਰਿਆਂ ਨੂੰ ਵੇਖਿਆ ਤੂੰ ਉਹਨੂੰ ਕਦੇ ਹੁਣ ਕਿਵੇਂ ਆ ਤਕੜਾ ਹੈ ਕਿ ਨਹੀਂ ਬਾਈ ਜੀ ਕਾਇਮ ਹੈ ਅਜੇ ਕਮਜ਼ੋਰਾ ਤਾਂ ਹੋ ਗਿਆ ਅੱਗੇ ਨਾਲੋਂ ਪਰ ਉਹਦੇ ਫੌਜੀ ਮੁੰਡੇ ਦੀ ਸੰਭਾਲ ਚੰਗੀ ਹੈ ਚੰਗਾ ਖਰਚਾ ਪਾਣੀ ਕਰਦਾ ਉਹ ਦਵਾਈ ਬੂਟੀ ਤੇ ਇਸੇ ਕਰਕੇ ਬਚਿਆ ਆਪਦੇ ਦਰਵਾਜ਼ੇ ਮੂਰੇ ਬੈਠਾ ਹੋਉ ਉਹਨੂੰ ਕਰਵਨੀ ਤੋਰ ਕੇ ਮੈਂ ਵੇੜੇ ਦੀ ਖੁੱਲੀ ਵੱਡੀ ਸੱਜੇ ਪਾਸੇ ਵਾਲੀ ਗਲੀ ਪੈ ਗਿਆ ਚੜ੍ਹਦੇ ਪਾਸੇੋਂ ਦੋ ਗਲੀਆਂ ਵੇੜੇ ਦੇ ਅੰਦਰ ਜਾ ਕੇ ਗਾਂ ਲੱਡੂ ਸਾਧ ਦੇ ਡੇਰੇ ਕੋਲ ਚੌਂਕ 'ਚ ਮਿਲ ਜਾਂਦੀਆਂ ਸੀ ਉੱਥੋਂ ਇੱਕ ਗਲੀ ਨਿਕਲ ਕੇ ਪਿੰਡ ਦੀ ਅੰਦਰਲੀ ਸਾਥ ਵੱਲ ਚਲੀ ਜਾਂਦੀ ਸੀ ਸੱਜੀ ਗਲੀ 'ਚ ਜ਼ਿਆਦਾਤਰ ਮਜਬੀ ਸਿੱਖਾਂ ਦੇ ਘਰ ਸੀ ਤੇ ਖੱਬੀ ਗਲੀ 'ਚ ਬਰੀਏ ਸਿੱਖਾਂ ਦੇ ਵੇੜਾ ਹੁਣ ਚਾਰ ਗੁਣਾ ਫਸਰ ਚੁੱਕਾ ਸੀ ਤੇ ਮੈਨੂੰ ਪੁਰਾਣੇ ਘਰਾਂ ਦੀ ਸਿਆਣ ਨਹੀਂ ਆ ਰਹੀ ਸੀ ਨਵੇਂ ਘਰ ਕਾਫੀ ਪੱਕੇ ਹੋ ਚੁੱਕੇ ਸੀ ਨਵੇਂ ਮੁੰਡੇ ਖੁੰਡੇ ਔਰਤਾਂ ਜਨਾਨੀਆਂ ਕਰਾਂ ਚਾਪੋ ਆਪਣੀ ਕਮੀ ਧੰਦੀ ਲੱਗੇ ਹੋਏ ਸਾਂ ਸੋਚ ਰਿਹਾ ਸਾਂ ਮੈਂ ਕਿ ਲੈਣਾ ਗਿਆ ਮੈਨੂੰ ਤਾਂ ਨਾ ਕੋਈ ਸਿਆਣ ਦਾ ਨਾ ਬੁਲਾਉਂਦਾ ਗਾਂ ਸ਼ਾਇਦ ਕੋਈ ਪੁਰਾਣਾ ਬੰਦਾ ਟੱਕਰ ਜੀ ਸੋਚ ਕੇ ਮੈਂ ਉੱਤਰਿਆ ਗਿਆ ਕੰਧ ਨਾਲ ਖੇਸ ਦੀ ਬੁੱਕਲ ਮਾਰੀ ਪੈਰਾਂ ਭਾਰ ਬੈਠੇ ਕਰੜਬਰੜੀ ਰੁੱਖੀ ਜੀ ਲਾਪਰੀ ਹੋਈ ਦਾੜੀ ਵਾਲੇ ਇੱਕ ਬੰਦੇ ਨੂੰ ਮੈਂ ਝਿਜਕਦੇ ਜੇ ਪੁੱਛਿਆ ਸੁਮੰਦ ਸਿੰਘ ਦਾ ਘਰ ਭਲਾਂ ਕਿਹੜਾ ਪਾਸੇ ਰਹਿ ਗਿਆ ਉਨੇ ਨਿਗਾ ਉੱਚੀ ਕਰਕੇ ਮੇਰੇ ਵੱਲ ਨੀਜ ਨਾਲ ਵੇਖਿਆ ਜਿਵੇਂ ਪਛਾਣ ਕੱਢਦਾ ਹੋਵੇ ਫਿਰ ਖੰਗੂ ਰਜਾ ਮਾਰਿਆ ਤਾਂ ਮੈਨੂੰ ਉਹਦੀਆਂ ਅੱਖਾਂ 'ਚ ਚਮਕ ਜਿਹੀ ਆਈ ਦੇ ਸੀ ਤੂੰ ਬਾਈ ਜੀ ਐਂ ਹੋ ਲੱਗਦਾ ਭੁੱਲ ਗਿਆ ਮੈਨੂੰ ਮੈਂ ਪੂਰਨ ਤੁਹਾਡੇ ਪਾਲੀ ਪਾਲੀ ਲੱਗਿਆ ਹੁੰਦਾ ਸੀ ਯਾਦ ਹੈ ਆਪਾਂ ਦੋਹੇ ਘਰੋਂ ਚੋਰੀ ਦੁਪਹਿਰੇ ਛੱਪੜ 'ਚ ਤਾਰੀਆਂ ਲਾਉਣ ਜਾਂਦੇ ਹੁੰਦੇ ਸੀ ਕਿ ਨਹੀਂ ਜਿਆਦਾ ਆ ਓਹੋ ਓਹੋ ਯਾਰ ਤੂੰ ਪੂਰਨ ਵਾ ਵਾ ਆ ਗਿਆ ਯਾਦ ਆ ਗਿਆ ਹੁਣ ਸੁਣਾ ਕੀ ਹਾਲ ਹੈ ਤੇਰਾ ਮੈਂ ਉਹਦੇ ਦੋਵੇਂ ਹੱਥ ਕੁੱਟਦਾ ਬੋਲਿਆ ਠੀਕ ਹੈ ਬਾਈ ਜੀ ਟਾਈਮ ਟੱਪੀ ਜਾਂਦਾ ਮੁੰਡੇ ਕੰਮੀ ਧੰਦੀ ਲੱਗੇ ਐ ਮੈਂ ਮਨਰੇਗਾ ਦੀ ਦਿਹਾੜੀ ਕਰਾਉਣਾ ਟੁੱਕ ਦੀ ਬੁਰਕੀ ਮਿਲ ਜਾਂਦੀ ਐ ਤੁਸੀਂ ਆਪਦੀ ਗੱਲ ਦਿਓ ਆਰ ਪਰਿਵਾਰ ਬਾਲ ਬੱਚੇ ਤਕੜੇ ਤੁਸੀਂ ਤਾਂ ਹੁਣ ਸ਼ਹਿਰੀ ਹੋ ਗਏ ਗੇੜਾ ਮਾਰਿਆ ਕਰੋ ਐ ਤਾਂ ਐਡੇ ਵੱਡੇ ਮਕਾਨ ਸੁਣਨੇ ਪਏ ਡਿਗ ਪੈਣਗੇ ਨਹੀਂ ਪੁਰਨਾ ਪਿੰਡ ਤਾਂ ਆਈ ਦਾ ਹੀ ਐ ਬਸ ਇੱਧਰ ਹੀ ਕਦੇ ਗੇੜਾ ਨਹੀਂ ਵੱਜਿਆ ਮੈਂ ਉੱਥੋਂ ਤੁਰਨ ਦੀ ਕਾਲ ਤੇ ਫੇਰ ਸਬੰਧ ਚਾਚੇ ਦਾ ਘਰ ਪੁੱਛਿਆ ਹਾ ਵੇ ਕਾਂ ਬਾਈ ਜੀ ਖੱਬੇ ਹੱਥ ਅਹ ਥਾਈ ਦੇ ਸਾਹਮਣੇ ਗੁਲਾਬੀ ਜਾਂ ਦਰਵਾਜ਼ਾ ਉੱਥੇ ਬੈਠਾ ਹੂਤਾ ਆ ਕਹੇ ਤਾਂ ਮੈਂ ਚੱਲਾਂ ਨਾਲ ਨਹੀਂ ਨਹੀਂ ਸਮਝ ਗਿਆ ਆ ਗਿਆ ਯਾਦ ਮੈਂ ਜਾਵੜੂੰਗਾ ਤੂੰ ਬੈਠ ਸੁਮੰਦ ਚਾਚਾ ਖੱਬੇ ਹੱਥ ਗੁਲਾਬੀ ਰੰਗ ਕੀਤੇ ਦਰਵਾਜ਼ੇ ਤੇ ਸੱਜੇ ਹੱਥ ਬਣੀ ਛੋਟੀ ਜੀ ਬੈਠਕ ਦੇ ਮੁਰੇ ਲੋਹੇ ਦੀ ਕਾਲੀ ਪਾਈਪ ਤੇ ਪਲਾਸਟਿਕ ਦੀ ਤਾਰ ਨਾਲ ਬਣੀ ਕੁਰਸੀ ਤੇ ਪੈਰ ਧਰੀ ਬੈਠਾ ਸੀ ਡੱਬੀਆਂ ਵਾਲੀ ਨੀਲੇ ਚਿੱਟੇ ਰੰਗ ਦੀ ਕਸ਼ਮੀਰ ਔਨ ਦੀ ਲੋਈ ਦੀ ਬੁੱਕਲ ਮਾਰੀ ਬੈਠਾ ਸੀ ਸਿਰ ਤੇ ਉਹੀ ਕੁਸਮੈਲੀ ਜੀ ਚਿੱਟੀ ਪੋਚਵੀ ਪੱਗ ਅੱਖਾਂ ਤੇ ਗੋਲ ਫਰੇਮ ਦੀ ਐਨਕਾ ਐਨਕਾਂ ਦੇ ਵਿੱਚ ਘਾਰ ਕੱਚੇ ਸੂਤ ਦਾ ਬੁਲਿਆ ਹੋਇਆ ਧਾਗਾ ਤਾਂ ਕਿ ਨੱਕ ਉਤੇ ਚੀਕ ਨਾ ਪਵੇ ਗਲ ਤੇੜ ਦੇ ਕੱਪੜੇ ਲੋਈ ਹੇਠ ਲੁਕੇ ਹੋਏ ਸੀ ਪਰ ਖਾਕੀ ਰੰਗ ਦੀਆਂ ਫੌਜੀ ਜਰਾਬਾਂ ਚ ਪਏ ਪੈਰ ਲੋਈ ਤੋਂ ਬਾਹਰ ਝਾਕ ਰਹੇ ਸੀ ਹੁੱਲਜੀ ਦਾੜੀ ਪਰ ਮੁੱਛਾਂ ਬੁੱਲਾਂ ਤੋਂ ਪਾਸੇ ਨੂੰ ਕਰਕੇ ਸਵਾਰੀਆਂ ਹੋਈਆਂ ਲੰਬੂਤਰੇ ਦਾਦਾ ਝੁਰੜੀਆਂ ਨਾਲ ਭਰਿਆ ਹੋਇਆ ਤਾਂਬੇ ਰੰਗਾ ਚਿਹਰਾ ਮੈਂ ਦੋਨੋਂ ਹੀ ਪਛਾਣ ਲਿਆ ਉਨੇ ਸਿਰ ਤੋਂ ਲੈ ਕੇ ਪੈਰਾਂ ਤੱਕ ਜਿਵੇਂ ਮੇਰਾ ਐਕਸਰੇ ਕੀਤਾ ਹੋਵੇ ਅੱਖਾਂ ਸੁngੇੜਦੇ ਆ ਉਹਨੇ ਬੁੱਲ ਫਰਕ ਆਇਆ ਕਿਹੜਾ ਐ ਕਾਕਾ ਬਿੰਦਰ ਤਾਂ ਨਹੀਂ ਕਿਤੇ ਕਿ ਮੈਨੂੰ ਹੀ ਭਲੇ ਖ ਲੱਗਿਆ ਨਿਗਾ ਵੀ ਸੋਰੀ ਰਹਿ ਗਈ ਨਾ ਇੱਕ ਤਾਂ ਮੈਂ ਵੀ ਸਾਹਮਣੇ ਖੜਾ ਮੁਸਕਰਾਉਂਦਾ ਰਿਹਾ ਪਰ ਬੋਲਿਆ ਕੁਛ ਨਾ ਹੁਣ ਇੱਕ ਵਾਰੀ ਫੇਰ ਪਛਾਣ ਕੱਟੀ ਤੇ ਮੇਰਾ ਹਾਸਾ ਵੇਂਦੇ ਸਰ ਹੜਬੜਾ ਕੇ ਉੱਠਿਆ ਜਿਵੇਂ ਹੱਥ ਨਾ ਪਾਉਂਦਾ ਤੇ ਡਿੱਗੀ ਪੈਣਾ ਸੀ ਉਹ ਤੋਂ ਪੈਰਾਂ ਚ ਕੱਪੜੇ ਦੇ ਖਾਕੀ ਬੂਟ ਵੀ ਨਹੀਂ ਪਾਏ ਉਵੇਂ ਸਣੀ ਜਰਾਬਾ ਪੁੰਜੇ ਖੜਕੇ ਮੇਰੇ ਦੋਵੇਂ ਮੋਢਿਆਂ ਤੇ ਹੱਥ ਰੱਖ ਕੇ ਘੁੱਟ ਕੇ ਆਂਦਾ ਅੱਜ ਕੀੜੀ ਦੇ ਘਰ ਭਗਮਾਨ ਕਿਵੇਂ ਆ ਗਏ ਮੈਂ ਵੇਖਿਆ ਉਹਦੀ ਅਨਕ ਦੇ ਸ਼ੀਸ਼ਿਆਂ ਥੱਲੇ ਅੱਖਾਂ ਚ ਪਾਣੀ ਸਿੰਮ ਆਇਆ ਸੀ ਬਿੰਦ ਦੀ ਬਿੰਦ ਸਾਥੋਂ ਦੋਹਾਂ ਤੋਂ ਬੋਲਿਆ ਨਾ ਗਿਆ ਚਾਚਾ ਆਪਾਂ ਦੋਹੇ ਕਿਵੇਂ ਇੱਕ ਦੂਜੇ ਨੂੰ ਭੁੱਲ ਸਕਦੇ ਆ ਇਹ ਗੱਲ ਕਿਤੇ ਹੋ ਸਕਦੀ ਹੈ ਉਹ ਤਾਂ ਤੇਰੀ ਗੱਲ ਠੀਕ ਹੈ ਪਰ ਬੱਚਾ ਜੇ ਮਿਲਣੋਂ ਗਿਲ ਨੂੰ ਹੀ ਰਹਿ ਜਾਈਏ ਫਿਰ ਹੌਲੀ ਹੌਲੀ ਪਛਾਣ ਵੀ ਚਿੱਤ ਚੋਂ ਨਿਕਲ ਜਾਂਦੀ ਹੈ ਹੈ ਕਿ ਨਹੀਂ ਚਾਚੇ ਦੀ ਕੁਰਸੀ ਦੇ ਬਰਾਬਰ ਇੱਕ ਰੰਗ ਬਰੰਗੀ ਪਲਾਸਟਿਕ ਦੀ ਰੱਸੀ ਦੀ ਬੁਣੀ ਹੋਈ ਪਲੂਂਗੜੀ ਡਿੱਠੀ ਹੋਈ ਸੀ ਮੈਂ ਉਧਰ ਨੂੰ ਹੋਣ ਲੱਗਾ ਤਾਂ ਬੁੱਢਾਪੇ 'ਚ ਵੀ ਉਹਦੇ ਕਰੜੇ ਹੱਥਾਂ ਨੇ ਮੈਨੂੰ ਕੁਰਸੀ ਵੱਲ ਧੱਕ ਦਿੱਤਾ ਨਾ ਬੁੱਤ ਵੀ ਬਿਆਹ ਕਾਕਾ ਜੀ ਤੇਰੀ ਥਾਂ ਇਹ ਇਹ ਆ ਕੁਰਸੀ ਵੇਖ ਨਾਲੇ ਤਾਂ ਤੂੰ ਐ ਅਫਸਰ ਤੇ ਨਾਲੇ ਮੇਰਾ ਪੁਰਾਣਾ ਨਿੱਕਾ ਜ਼ਿਮੀਂਦਾਰ ਮਾਲਕ ਤੈਨੂੰ ਮੈਂ ਭਲਾ ਮੰਜੀ ਤੇ ਬਹਿਣ ਦਿਨਾ ਛੱਡ ਚਾਚਾ ਤੇਰੀ ਟੀਚਰਾਂ ਮਖੌਲ ਦੀ ਬਾਣ ਲੱਗ ਗਈ ਵੇਖ ਹੁਣ ਨਾ ਮੈਂ ਅਫਸਰ ਤੇ ਨਾਂ ਤੇਰਾ ਮਾਲਕ ਹੁਣ ਤੂੰ ਮੇਰਾ ਚਾਚਾ ਸਮੁੰਦ ਤੇ ਮੈਂ ਤੇਰਾ ਭਤੀਜਾ ਬਿੰਦਰ ਉਰਫ ਬਲਵਿੰਦਰ ਮੈਂ ਆਪਦੇ ਤਾਨ ਨਾਲ ਉਹਨੂੰ ਕੁਰਸੀ ਤੇ ਬਿਠਾ ਆ ਮੰਜੀ ਤੇ ਬਹਿ ਗਿਆ ਕੁਝ ਚਿਰ ਚਾਚਾ ਸਮੁੰਦ ਮੇਰੇ ਪਰਿਵਾਰ ਦੀਆਂ ਬਾਲ ਬੱਚਿਆਂ ਦੀਆਂ ਚੰਡੀਗੜ੍ਹ ਸ਼ਹਿਰ ਦੀਆਂ ਪਿੰਡ ਵਾਲੇ ਘਰ ਦੀਆਂ ਪਹਿਲੀ ਦੇ ਹਿੱਸੇ ਠੇਕੇ ਤੇ ਦੇਣ ਦੀਆਂ ਗੱਲਾਂ ਬਾਤਾਂ ਕਰਦਾ ਰਿਹਾ ਮੈਨੂੰ ਆਪਦੀ ਬਿਮਾਰੀ ਤੇ ਮਹਾਰੀ ਬਾਰੇ ਵੀ ਦੱਸਦਾ ਰਿਹਾ ਮੇਰਾ ਬਾਪੂ ਜੀ ਤੇ ਬੇਬੇ ਜੀ ਭੈਣ ਭਰਾਵਾਂ ਦੀਆਂ ਗੱਲਾਂ ਕਰਦਾ ਰਿਹਾ ਉਹਨਾਂ ਦੀਆਂ ਵਧੀਆਂ ਹੋਈਆਂ ਕਬੀਲਦਾਰੀਆਂ ਬਾਰੇ ਪੁੱਛਦਾ ਰਿਹਾ ਮੈਂ ਦੱਸਦਾ ਰਿਹਾ ਫਿਰ ਅਚਾਨਕ ਇਹ ਸਭ ਕੁਝ ਛੱਡ ਕੇ ਆਖਣ ਲੱਗਾ ਤੇ ਉਹ ਆਪਣਾ ਗੱਡਾ ਜਿਹੜਾ ਤੂੰ ਤੇਰੇ ਬਾਪੂ ਜੀ ਪਿੱਛੋਂ ਸਾਹਮ ਸਵਾਰ ਕੇ ਪਸ਼ੂ ਵਾਲੇ ਦਰਵਾਜ਼ੇ 'ਚ ਟੱਕ ਕੇ ਖਿਲਾਰ ਗਿਆ ਸੀ ਹੈਗਾ ਇਹ ਕਿ ਲੈ ਗਏ ਕਬਾੜੀ ਨਹੀਂ ਚਾਚਾ ਉਹਵੇਂ ਖੜਾ ਤੇਰਾ ਗੱਡਾ ਅਜੇ ਤਾਂ ਆਖੇ ਤਾਂ ਤੇਰੇ ਕੋਲ ਖੜਾ ਆ ਜਾਵਾਂ ਕੱਲ ਨੂੰ ਹੀ ਰਾਮ ਰਾਮ ਇੱਥੇ ਇੱਥੇ ਤਾਂ ਵੇੜੇ ਤੇ ਜਵਾਕ ਆਥਰ ਨੂੰ ਸਾਰਾ ਪਿੱਤਲ ਪਟਕੇ ਲੈ ਜਾਣਗੇ ਉਹ ਤਾਂ ਬੱਚਾ ਥੋੜੇ ਘਰ ਹੀ ਸੁੰਦਾ ਹੈ ਪਰ ਸ਼ਾਬਾਸ਼ ਤੂੰ ਸਾਹਮ ਕੇ ਤਾਂ ਰੱਖਿਆ ਆਪਣੀ ਦੋਹਾਂ ਦੀ ਯਾਦ ਨਿਸ਼ਾਨੀ ਨੂੰ ਲੋਕਾਂ ਨੇ ਤਾਂ ਇੱਕ ਬਲਦ ਵਾਲੀਆਂ ਫਿਰਕੀਆਂ ਨੀਆਂ ਗੱਡੀਆਂ ਬਣਾ ਲਈਆਂ ਉਹ ਵੀ ਛੱਡ ਕੇ ਹੁਣ ਮੋਟਰਸਾਈਕਲਾਂ ਮਗਰ ਪੱਠੇ ਢੋਣ ਖਾਤਰ ਰੀੜੀਆਂ ਬਣਾਈ ਫਿਰਦੇ ਆਂ ਕਿ ਬਲਦ ਦੇ ਖਰਚੇ ਨਾਲ ਵਸਸਤਾ ਪੈਂਦਾ ਟਾਈਮ-ਟਾਈਮ ਦੀਆਂ ਗੱਲਾਂ ਚਾਚਾ ਮੈਂ ਵੇਖਿਆ ਚਾਚੇ ਦਾ ਫੌਜੀ ਮੁੰਡਾ ਬੈਠਕ ਦੇ ਭੇੜੇ ਹੋਏ ਤਖਤਿਆਂ ਦੀ ਵਿਰਲ ਵਿੱਚੋਂ ਸਾਨੂੰ ਬੈਠਿਆਂ ਨੂੰ ਵੇਖ ਰਿਹਾ ਸੀ ਥੋੜੇ ਚਿਰ ਵਿੱਚ ਉਹਨੇ ਦਰਵਾਜ਼ੇ 'ਚੋਂ ਬਾਹਰ ਆ ਕੇ ਮੈਨੂੰ ਸੱਸੀਕਾਲ ਬੁਲਾਉਂਦੇ ਆਂ ਚਾਚੇ ਇਹਨੂੰ ਪੁੱਛਿਆ ਪਾਪਾ ਜੀ ਬਾਈ ਜੀ ਵਾਸਤੇ ਚਾਹ ਲਿਆਵਾ ਮੈਨੂੰ ਲੱਗਿਆ ਚਾਚਾ ਉਹਦੀ ਗੱਲ ਸੁਣ ਕੇ ਕੇਰਾਂ ਜਿਵੇਂ ਠਟੰਬਰ ਜਿਹਾ ਗਿਆ। ਇਓਂ ਲੱਗਿਆ ਸੋਚਦਾ ਹੋਵੇ ਖਬਰੇ ਸਾਡੀ ਚਾਹ ਪੀਵੇ ਕਿ ਨਾ ਪਰ ਮੈਂ ਕਿਹਾ ਲੋੜ ਤਾਂ ਛੋਟੇ ਵੀਰ ਹੈ ਨਹੀਂ ਬਾਕੀ ਜਿਵੇਂ ਤੇਰਾ ਦਿਲ ਕਰੇ। ਚਾਚਾ ਚੁੱਪ ਰਿਹਾ ਫੌਜੀ ਪੁੱਠੇ ਪੈਰੀ ਘਰ ਅੰਦਰ ਚਲੇ ਆ ਗਿਆ। ਘਰੇ ਕੁਝ ਆ ਕੇ ਫੇਰ ਸਾਡੇ ਕੋਲ ਆ ਕੇ ਖੜ ਗਿਆ। ਸਰਮੁਖਾ ਅੰਦਰੋਂ ਕੋਈ ਮੂੜਾ ਪੀੜੀ ਚੁੱਕ ਲਿਆ। ਬਹਿ ਜਾ ਕਾਕਾ ਬਹਿ ਜਾ ਕਾਕਾ ਆਇਆ ਤੂੰ ਤਾਂ ਸੈਂਤ ਪਹਿਲੀ ਵਾਰੀ ਟਕਰਿਆ ਹੋਵੇਂਗਾ। ਮੈਂ ਬਲੂੰਗੜੀ ਦੇ ਵਿੱਚ ਘਾਰ ਤੋਂ ਇੱਕ ਪਾਸੇ ਵੱਲ ਸਰਕਦਿਆਂ ਗਿਆ ਆ ਯਾਰ ਇੱਥੇ ਬੈਠ ਮੇਰੇ ਕੋਲ ਹੁਣ ਤੇਰੀ ਪੋਸਟਿੰਗ ਕਿਹੜੇ ਥਾਂ ਹੈ ਮੇਰੀ ਭਾਈ ਜੀ 36 ਸਿੱਖ ਐਲ ਆਈ ਰਜiment ਮੇਰਠ ਹੈ ਇੱਕ ਸਾਲ ਹੋਇਆ ਦੋ ਹੋਰ ਉੱਥੇ ਹੀ ਰਹਾਂਗੇ ਅੱਛਾ ਬਹੁਤ ਵਧੀਆ ਹੈ ਸਰਮੁਖ ਸਿੰਘ ਮੈਂ ਕਿਹਾ ਪਰ ਮੇਰੀ ਦਿਲਚਸਪੀ ਤਾਂ ਚਾਚੇ ਦੀਆਂ ਗੱਲਾਂ 'ਚ ਸੀ ਚਾਚਾ ਕਦੇ ਤੂੰ ਵੀ ਤਾਂ ਸਮੁੰਦ ਫੌਜੀ ਵਜਦਾ ਹੁੰਦਾ ਸੀ ਤੂੰ ਵੀ ਸਾਨੂੰ ਛੋਟੇ ਹੁੰਦਿਆਂ ਨੂੰ ਫੌਜੀ ਦੀਆਂ ਗੱਲਾਂ ਸੁਣਾਉਂਦਾ ਹੁੰਦਾ ਸੀ ਸਾਡੇ ਦਾ ਕਾਕਾ ਥੋੜੀ ਜੀ ਫੌਜੀ ਨੌਕਰੀ ਸੀ ਆਪਣੇ ਪਿੰਡ ਦੇ 10 ਮੁੰਡੇ ਭਰਤੀ ਹੋਏ ਸੀ ਅੰਗਰੇਜ਼ੀ ਫੌਜ ਜਦੋਂ ਉਹਨਾਂ ਦੀ ਜਰਮਨਾਂ ਨਾਲ ਜੰਗ ਲੱਗੀ ਸੀ ਛੀ ਤੱਕ ਇਕੱਲੇ ਰਾਮੇ ਕੇ ਲਾਣੇ ਦੇ ਸੀ ਇੱਕ ਮੈਂ ਅਤੇ ਨ ਬੋਰੀਏ ਸਿੱਖ ਸੀ ਪਰੋਜਪੁਰੋਂ ਭਰਤੀ ਕਰਕੇ ਸਾਨੂੰ ਜਿਉਂ ਚੜਾਇਆ ਗੱਡੀ ਰੇਲ ਬਈ ਪਤਾ ਹੀ ਨਾ ਲੱਗੇ ਕਿੱਧਰ ਨੂੰ ਲਈ ਜਾਂਦੇ ਆ ਫਿਰ ਪਤਾ ਲੱਗਿਆ ਵੀ ਕਿਤੇ ਯੂਪੀ ਬਿਹਾਰ ਚ ਸਿਖਲਾਈ ਦੇਣੀ ਆ ਸਿਖਲਾਈ ਪਿੱਛੋਂ ਸਾਨੂੰ ਘੱਲ ਤਾਂ ਬਰਮਿਆਂ ਬੰਨੀ ਕੰਮ ਸੀ ਸਾਡਾ ਸਭ ਲੋਕਾਂ ਦੀ ਸੇਵਾ ਕਰਨਾ ਬੂਟ ਪਾਲਿਸ਼ ਕਰਨੇ ਵਰਦੀਆਂ ਰੱਖਣੀਆਂ ਨਵਾਣਾ ਧਵਾਣਾ ਉਹਨਾਂ ਦੀ ਹਰ ਤਰ੍ਹਾਂ ਟਹਿਲ ਭਗਤ ਕਰਨੀ ਜੰਗ ਮੁੱਕੀ ਤੋਂ ਚੌਕ ਸਾਲਾਂ ਬਾਅਦ ਅਸੀਂ ਤਾਂ ਨਾਂ ਕਟਵਾ ਕੇ ਆ ਗਏ ਪਿੰਡ ਰਾਮੇ ਕੇ ਲਾਣੇ ਦੇ ਦੋ ਕੁ ਜਣੇ ਲੱਗੇ ਰਹੇ ਉਹਨਾਂ ਨੂੰ ਤਮਗੇ ਵੀ ਮਿਲੇ ਪਿਲਸਨ ਵੀ ਲੱਗੀ ਥੋੜੀ ਬਹੁਤ ਜ਼ਮੀਨ ਵੀ ਮਿਲੀ ਅਸੀਂ ਤਾਂ ਜੈਸੇ ਸੀ ਵੈਸੇ ਆ ਕੇ ਪਿੰਡ ਸਿਰੀ ਲੱਗੇ 27 ਬਰੇ ਕੱਲੇ ਥੋੜੇ ਨਾਲ ਸੀਰ ਕੱਟੇ ਇਕ ਸਾਬ ਨੇ ਖੁਸ਼ ਹੋ ਕੇ ਬੜੀ ਭਾਰੀ ਤੇ ਨਿੱਗੀ ਬਰਾਂਡੀ ਦਿੱਤੀ ਸੀ ਤੂੰ ਵੇਖਿਆ ਹੋਣਾ ਸਿਆਲ ਚ ਨਰਮੇ ਦੀ ਰੱਖੀਏ ਵੇਲੇ ਤੇ ਪਾਣੀ ਲਾਉਣ ਵੇਲੇ ਕਦੇ ਕਦੇ ਮੈਂ ਪਾ ਲੈਂਦਾ ਸੀ ਇਹੋ ਜਿਹੀ ਸੀ ਸਾਡੀ ਨੌਕਰੀ ਤਾਂ ਪਰ ਇਹ ਸਰਮੁਖੋਰੀ ਤਾਂ ਹੁਣ ਮੋਜਾਂ ਕਰਦੇ ਆ ਦਰਵਾਜ਼ੇ ਤੇ ਪੁਰਾਣੇ ਤਖਤਿਆਂ ਦੇ ਖੁੱਲਣ ਨਾਲ ਚੀਮੀ ਦੀ ਆਵਾਜ਼ ਆਈ ਤੇ ਚਾਚੇ ਸਮੁੰਦ ਦੀ ਫੌਜ ਨੂੰ ਨੇ ਰੰਗ ਬਰੰਗੇ ਫੁੱਲਾਂ ਵਾਲੇ ਕੱਪ ਪਲੇਟਾਂ 'ਚ ਪਾਈ ਚਾਹ ਵੱਲੀ ਟ੍ਰੇ ਅੱਗੇ ਧੋਨਿਆ ਸਰਮੁਖ ਨੂੰ ਕਿਹਾ ਚਾਹ ਲੈ ਲਓ ਜੀ ਅਸੀਂ ਤਿੰਨੋਂ ਚਾਹ ਪੀਣ ਲੱਗੇ ਸਰਮੁਖ ਆਉਂਦੀ ਬਲਟਨ ਦੀਆਂ ਗੱਲਾਂ ਦੱਸਦਾਰੀ ਆਪਾਂ ਚਾਚੇ ਸਮੁੰਦਰ ਦੇ ਹੱਥ ਕੰਬਦੇ ਰਹੇ ਜਿਵੇਂ ਸੋਚਦਾ ਹੋਵੇ ਕਿਤੇ ਕੋਈ ਗੁਨਾਹ ਤਾਂ ਨਹੀਂ ਹੋ ਰਿਹਾ ਸਰਮੁਖ ਚਾਹ ਪਿਚੋ ਭਾਂਡੇ ਲੈ ਕੇ ਅੰਦਰ ਚਲਾ ਗਿਆ ਚਾਚੇ ਸਮੁੰਦਰ ਨੂੰ ਜਿਵੇਂ ਸੁੱਖ ਦਾ ਸਾਹ ਆਇਆ ਹੋਵੇ ਬੱਚਿਆ ਅਵਿੰਦਰਾ ਤੈਨੂੰ ਪਤਾ ਹੈ ਆਪਣਾ ਗੱਡਾ ਕਿਵੇਂ ਬਣਿਆ ਸੀ ਜਦੋਂ ਬਾਈ ਜੀ ਤੇਰੇ ਬਾਪੂ ਜੀ ਅੱਡ ਵਿੱਡ ਹੋਇਆ ਤਾਂ ਤੇਰੇ ਦਾਦੇ ਸਾਹਿਬ ਨੇ ਮੁਸਲਮਾਨਾਂ ਦਾ ਟੁੱਟਿਆ ਜਿਹਾ ਗੱਡਾ ਮੁੱਲ ਲੈ ਕੇ ਦੇ ਦਿੱਤਾ ਗੱਡੇ ਦੀ ਜੋੜੀ ਦੀਆਂ ਪੁੱਠੀਆਂ ਦੀਆਂ ਫਾਕੜਾਂ ਲੱਥੀਆਂ ਹੋਈਆਂ ਤੁਰੇ ਤਾਂ ਟਿਪਟੈਂ ਘੜਿਚੈਂ ਘਰ ਕੇ ਹਲੋਰੇ ਖਾਂਦਾ ਮੈਨੂੰ ਤੋਰਦੇ ਨੂੰ ਸ਼ਰਮ ਆਇਆ ਕਰੇ ਲੋਕਾਂ ਦੇ ਸਿਰੀ ਚ ਹੈਡਾਂ ਕਰਿਆ ਕਰਨ ਕਦੇ ਇੱਕ ਬਲਦ ਦਾ ਜ਼ੋਰ ਲੱਗੇ ਕਦੇ ਦੂਜੇ ਦਾ ਢਿੱਲਾ ਜਾ ਸਿਰ ਵੱਜਿਆ ਤੇ ਝੂਲਾ ਲੈਫਟ ਰਾਈਟ ਕਰੇ ਨਾ ਡਈਆਂ ਨਾ ਲਾਰੀਆਂ ਬਾਈ ਨੇ ਗੁੱਸਾ ਬਹੁਤ ਖਾਦਾ ਕੋਈ ਨਹੀਂ ਸਬੰਧ ਕਰਦੇ ਹਾਂ ਕੁਝ ਬੰਨ ਸੁਭ ਹਾਸਲਾ ਰੱਖ ਖਤਾਨਾਂ ਵਾਲੀ ਵੱਟ ਤੇ ਖੜੀ ਸੀ ਪੱਕੀ ਕਿਕਰ ਦੋ ਬੰਦਿਆਂ ਦੇ ਜੱਫੇ 'ਚ ਆਉਣ ਵਾਲਾ ਪੇਡਾ ਫਿਰ ਕਿਸੇ ਲੌਗ ਪਏ ਮੈਂ ਤੇ ਬਾਈਕ ਕਿਕਰ ਤੋਂ ਤਿੰਨ ਦਿਨਾਂ 'ਚ ਪੱਟ ਪਟਾਈ ਕਰ ਛਾਂਗ-ਛੰਗਈਆ ਕਰਕੇ ਮੋਛੇ ਲਾ ਦਿੱਤੇ ਵਿਪਤਾ ਪਈ ਵੀ ਲੱਦ ਕੇ ਕਿਵੇਂ ਲਜਾਈਏ ਅਖੀਰ ਗੱਜਣ ਮਿਸਤਰੀ ਤੇ ਦੋ ਚਾਰ ਬੰਦੇ ਹੋਰ ਨਾਲ ਲੈ ਕੇ ਗਏ ਉਹਨਾਂ ਦੀ ਸਹਾਰ ਨਾਲ ਰਸਸੇ ਲਾਸਾਂ ਜ਼ਮੀਨ ਤੇ ਵਿਛਾ ਕੇ ਪੇਡਾ ਰੋੜ ਕੇ ਉਹਨਾਂ ਉੱਤੇ ਕਰਤਾ ਫੇ ਗੱਜਣ ਦੀ ਸਹਾਰ ਨਾਲ ਗੱਡਾ ਪੋਰੇ ਤੇ ਮੁੱਦਾ ਮਾਰਤਾ ਥੱਲੇ ਵਿਚੀਆਂ ਲਾਸਾਂ ਰਸਿਆਂ ਨੂੰ ਮੁੱਦੇ ਮਾਰੇ ਗੱਡੇ ਦੇ ਗਾਟੇ ਅਗਲੇ ਪਿਛਲੇ ਤੀਰਾਂ ਨਾਲ ਨੋਡ ਬੰਨ੍ਹ ਦਿੱਤਾ ਸੌਹਰਿਆਂ ਨੇ ਜ਼ੋਰ ਮਾਰ ਗੱਡਾ ਸਿੱਧਾ ਕਰਤਾ ਤੇ ਪੂਰਾ ਲੱ ਪੂਰਾ ਲੱਦਿਆ ਗਿਆ ਅਗਲੇ ਦਿਨ ਲੱਦੇ ਲਦਾਏ ਪੋਰੇ ਨੂੰ ਮੈਂ ਮੰਡੀ ਆਰੇ ਤੇ ਲੈ ਗਿਆ ਉਥੇ ਗੱਜਣ ਮਿਸਤਰੀ ਨੇ ਆਪਦੇ ਹਿਸਾਬ ਨਾਲ ਲੱਕੜ ਚਰਾਈ ਸਾਰਾ ਦਿਨ ਲੱਗ ਗਿਆ ਲੋਹੇ ਵਾਲੀ ਰੋਸ਼ਨ ਬਾਣੀਆਂ ਦੀ ਦੁਕਾਨ ਤੋਂ ਕਿੱਲ ਪੱਤਰੀਆਂ ਪਿੱਤਲ ਦੀਆਂ ਚਾਦਰ ਦਾ ਟੁਕੜਾ ਲਿਆ ਅੱਧੀ ਰਾਤ ਨੂੰ ਘਰੇ ਮੁੜੇ ਹਾੜ ਦੇ ਖੁੱਲੇ ਦਿਨਾਂ 'ਚ ਗੱਜਣ ਤੇ ਸੱਜਣ ਦੋਹੇ ਮਿਸਤਰੀ ਭਰਾਵਾਂ ਨੇ ਫਿਰ ਗੱਡਾ ਬਣਾਉਣਾ ਸ਼ੁਰੂ ਕੀਤਾ ਮਹੀਨਾ ਭਰ ਲੱਗੇ ਰਹੇ ਨਿੰਮ ਦੀ ਛਾਵੇਂ ਲੱਗੇ ਰਹਿੰਦੇ ਜਿੱਧਰ ਨੂੰ ਛਾਂ ਜਾਂਦੀ ਉਧਰ ਨੂੰ ਸੰਦ ਪੈੜਾ ਲਈ ਜਾਂਦੇ ਗੱਲ ਕੀ ਜੀ ਮਹੀਨੇ ਚ ਗੱਡੇ ਦਾ ਤਵੀਦ ਤਿਆਰ ਹੋ ਗਿਆ 5 ਰੁਪਏ ਮਿਸਤਰੀ ਦੀ ਦਿਹਾੜੀ ਸੀ ਉਦੋਂ ਤੇ ਲੋਹੇ ਦੀਆਂ ਪੱਤਰੀਆਂ ਨਾਲ ਮੜੀਆਂ ਪਿੰਜਣੀਆਂ ਤੀਰ ਕੰਨ ਤੇ ਘਾਟਾ ਫੱਲੜ ਤੋਂ ਲੈ ਕੇ ਸੁਗਨੀ ਤੱਕ ਲੋਹੇ ਚ ਮੜਿਆ ਗਿਆ ਪਿੱਤਲ ਦੀ ਚਾਦਰ ਦੇ ਮੋਰ ਤੋਤੇ ਰਸੇ ਪਾਉਣ ਨੂੰ ਗੋਲ ਕੁੰਡੇ ਝੜ ਤੇ ਸੱਤ ਸ਼ੇਰ ਖੋਪੇ ਦੇ ਰਸੇ ਨੂੰ ਤੇਲ ਵਾਲੇ ਪਾਣੀ ਚ ਭਿਉ ਕੇ ਗੱਡੇ ਦਾ ਸਿਰ ਬੰਨਿਆ ਤਾਇ ਲਾਲ ਸਿੰਘ ਨੇ ਧੂਬਤੀ ਕਰਕੇ ਹਾਂ ਸੱਚ ਜੋੜੀ ਪਈਆਂ ਦੀ ਮੰਗਵਾਈ ਸੀ ਜਤੋਂ ਤੋਂ ਤੇ ਜਦੋਂ ਸੁਧਵਾਈ ਤੇ ਤੋਲ ਕੇ ਧਰਾਂ ਨੂੰ ਮੱਖਣੀ ਤੇ ਗਲੀਸ ਨਾਲ ਚੋਪੜ ਕੇ ਪਈਏ ਚੜਾਏ ਤਾਂ ਓਨ ਲੱਗਿਆ ਵੀ ਗੱਡੇ ਦੇ ਨਾਲ ਹੀ ਮੇਰਾ ਵੀ ਕੱਦ ਗੇਠ ਉੱਚਾ ਹੋ ਗਿਆ ਹੋਵੇ ਕੀ ਕੀ ਦਸੀਏ ਸ਼ੇਰਾ ਗੱਲਾਂ ਤਾਂ ਮੁੱਕਣ ਚ ਹੀ ਨਹੀਂ ਆਉਂਦੀਆਂ ਯਾਦ ਹੈ ਚਾਚਾ ਸਭ ਕੁਝ ਯਾਦ ਹੈ ਤੂੰ ਤਾਂ ਸਾਨੂੰ ਗੱਡਾ ਹਿੱਕਣ ਹੀ ਨਹੀਂ ਸੀ ਦਿੰਦਾ। ਅੱਜਕੱਲ ਉਹਨਾਂ ਵੱਡੀ ਕਾਰ ਚ ਲਾਉਣ ਨੂੰ ਜੀ ਨਹੀਂ ਕਰਦਾ ਜਿੰਨਾ ਉਹ ਤੋਂ ਗੱਡਾ ਚ ਲਾਉਣ ਨੂੰ ਕਰਦਾ ਹੁੰਦਾ ਸੀ। ਅਸੀਂ ਤੈਨੂੰ ਵੇਖ ਕੇ ਰਸਕ ਕਰਦੇ ਹੁੰਦੇ ਸੀ। ਜਦ ਤੂੰ ਗੱਡੇ ਦੇ ਠੋੜ ਤੇ ਪੈਰ ਧਰ ਕੇ ਅੱਖ ਝਪਕੇ ਚ ਪੱਟ ਤੇ ਜਾ ਬੈੰਦਾ ਹੁੰਦਾ ਸੀ। ਬਲਦ ਨਾਲ ਦੀ ਨਾਲ ਛੁੱਟ ਪੈਂਦੇ। ਸਾਨੂੰ ਤਾਂ ਤੂੰ ਕਦੇ ਪੱਟ ਤੇ ਬੈਠ ਕੇ ਗੱਡਾ ਹਿੱਕਣ ਹੀ ਨਹੀਂ ਦਿੰਦਾ ਸੀ ਵੀ ਡਿੱਕੇ ਥੱਲੇ ਆ ਜਾਓਂਗੇ। ਹਮੇਸ਼ਾ ਮੁੰਨੀਆਂ 'ਚ ਬਹਿ ਕੇ ਗੱਡਾ ਹਿੱਕਣ ਦਿੰਦਾ। ਹਾਸ ਹਾਸ ਕੇ ਚਾਚਾ ਸਮੁੰਦੂਰਾ ਹੋ ਗਿਆ। ਸੱਚੀ ਅੱਖੀ ਬੱਚਾ ਸੱਚੀ ਅੱਖੀ ਮੈਂ ਤੁਹਾਡੇ ਸਰਟੀਫੀਕਟ ਵੱਜਣ ਤੋਂ ਡਰਦਾ ਸੀ ਨਾਲੇ ਤੁਹਾਡੀ ਮਾਤਾ ਜੀ ਤੋਂ ਉਹ ਕਹਿੰਦੀ ਹੁੰਦੀ ਸੀ ਸਮੁੰਦ ਤੂੰ ਨਾ ਇਹਨਾਂ ਨੂੰ ਇਸ ਪਾਸੇ ਲਾ ਇਹ ਗੱਡੇ ਹੱਕਣ ਜੋਗੇ ਰਹਿ ਜਾਣਗੇ ਪਰ ਅਸ਼ਕੇ ਭਾਈ ਕਾਕਾ ਤੇਰੀ ਮਾਂ ਦੇ ਤੇ ਤੇਰੇ ਜਿਹੜਾ ਪੜ੍ਹ ਲੈ ਕੇ ਅਫਸਰ ਬਣ ਗਿਆ ਤੇ ਸ਼ਾਬਾਸ਼ ਜਿਹੜਾ ਅਜੇ ਗੱਡੇ ਨੂੰ ਸੰਭਾਲੀ ਬੈਠਾ ਦਿਨ ਢਲ ਚੱਲਿਆ ਸੀ ਹਲਕਾ ਨੀਰਾ ਹੋਣ ਲੱਗ ਪਿਆ ਸੀ ਮੇਰਾ ਘਰੇ ਜਾਣ ਨੂੰ ਜੀ ਤਾਂ ਨਹੀਂ ਕਰਦਾ ਸੀ ਪਰ ਜਾਣਾ ਪੈਣਾ ਸੀ ਮੈਂ ਖੜੇ ਹੋਣ ਲਈ ਪੈਰ ਜੇ ਮਲਣ ਲੱਗ ਪਿਆ ਪਰ ਚਾਚੇ ਸਮੁੰਦ ਨੇ ਵੇਖਿਆ ਭਿਬਿੰਦਰ ਨੇ ਚਾਹ ਪੀ ਲਈ ਕੋਈ ਨਾਂ ਨੁਕਰ ਨਹੀਂ ਕੀਤੀ ਉਹਨੇ ਹੌਸਲੇ ਚ ਹੋ ਕੇ ਫੌਜੀ ਨੂੰ ਆਵਾਜ਼ ਮਾਰੀ ਉਹ ਸਰਮੁਖ ਸਿਆਂ ਠੰਡ ਹੋ ਚੱਲੀ ਪਈ ਬੈਠਕ ਖੋਲਦੇ ਮੈਂ ਤੇ ਕਾਕਾ ਹੋਰ 10 ਮਿਲਟ ਅੰਦਰ ਬੈੰਦੇ ਆ ਫਿਰ ਮੇਰੇ ਜੋਰ ਲਾਉਣ ਤੇ ਵੀ ਖਿੱਚ ਕੇ ਮੈਨੂੰ ਅੰਦਰ ਲੈ ਗਿਆ ਲੈ ਸੁਣ ਵਿਭਾ ਤੇਰੇ ਬਾਪੂ ਜੀ ਨੇ ਇੱਕ ਨਹੀਂ ਹਜ਼ਾਰਾਂ ਵਾਰੀ ਮੈਨੂੰ ਆਖਣਾ ਲੈ ਸਮੁੰਦ ਥੱਕਿਆ ਹਾਰਿਆ ਆਇਆ ਆ ਜਾ ਯਾਰ ਫੱਕਾ ਲਾਲ ਬਾਈ ਦੀ ਛੰਨੇ ਚ ਪਾ ਕੇ ਜਦੋਂ ਘਰ ਦੀ ਦਾ ਹਾੜਾ ਦਿੰਦਾ ਤਾਂ ਸਾਰੇ ਦੁੱਖ ਟੁੱਟ ਜਾਂਦੇ ਸਰਮੁਖਾ ਜਿਹੜੀ ਫੌਜ ਚੋਂ ਰੰਮ ਲਿਆਇਆ ਲਿਆ ਪਾਈ ਉਹਦਾ ਸਵਾਦ ਵੇਖੀ ਲਿਆਜ ਕਾਕੇ ਦੀ ਖੁਸ਼ੀ ਚ ਚਿੱਤ ਕਰਾਰਾ ਕਰੀਏ ਧੰਨਵਾਦ